ਸਰਦੀਆਂ ਦੇ ਆਉਂਦੇ ਹੀ ਜ਼ਿਆਦਾ ਠੰਡ ਦੇ ਨਾਲ ਠੰਡੀਆਂ ਹਵਾਵਾਂ ਦਾ ਅਸਰ ਹਰ ਜਗ੍ਹਾ ਦੇਖਣ ਨੂੰ ਮਿਲਦਾ ਹੈ, ਜਿਸ ਕਰਕੇ ਹਰ ਟਾਈਮ ਕੁਝ ਨਾ ਕੁਝ ਗਰਮਾ ਗਰਮ ਖਾਣ ਦਾ ਦਿਲ ਕਰਦਾ ਰਹਿੰਦਾ। ਪਰ ਇਸ ਮੌਸਮ ਦੇ ਵਿੱਚ ਕੁਝ ਵੀ ਗਲਤ ਖਾਣ ਤੋਂ ਬਚਣਾ ਚਾਹੀਦਾ, ਕਿਉਂਕਿ ਇਸ ਦੇ ਨਾਲ ਸਰਦੀ ਜ਼ੁਕਾਮ, ਵਾਇਰਲ ਬੁਖਾਰ ਵਰਗੀਆਂ ਹੋਰ ਕਈ ਬਿਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ। ਅਜਿਹੇ ਦੇ ਵਿੱਚ ਸੂਪ ਇੱਕ ਬੈਸਟ ਆਪਸ਼ਨ ਹੈ, ਜੋ ਨਾ ਸਿਰਫ ਸਰਦੀ ਜ਼ੁਕਾਮ, ਵਾਇਰਲ ਵਰਗੀਆਂ ਬਿਮਾਰੀਆਂ ਤੋਂ ਬਚਾ ਕਰਦਾ, ਸਗੋਂ ਸਰਦੀਆਂ ਦੇ ਵਿੱਚ ਭਾਰ ਵਧਣ ਤੋਂ ਵੀ ਰੋਕਦਾ। ਇਸ ਤੋਂ ਇਲਾਵਾ ਸੂਪ ਦੇ ਵਿੱਚ ਮੌਜੂਦ ਪੌਸ਼ਟਿਕ ਤੱਤ ਬਿਮਾਰੀਆਂ ਤੋਂ ਲੜਨ ਦੇ ਲਈ ਇਮਿਊਨਿਟੀ ਅਤੇ ਮੈਟਾਬੋਲਿਜ਼ਮ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਮਦਦ ਕਰਦਾ। ਸੋ ਅੱਜ ਅਸੀਂ ਤੁਹਾਨੂੰ ਅਜਿਹੇ ਕੁਝ ਸੂਪਸ ਦੇ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦੇ ਨੇ। ਤਾਂ ਆਓ ਜਾਣਦੇ ਹਾਂ ਇਹਨਾਂ ਸੂਪਸ ਦੇ ਬਾਰੇ। ਟਮਾਟਰ ਦਾ ਸੂਪ। ਸਰਦੀਆਂ ਆਉਂਦੇ ਹੀ ਟਮਾਟਰ ਦੇ ਸੂਪ ਨੂੰ ਪੀਣ ਦਾ ਮਜ਼ਾ ਦੁੱਗਣਾ ਹੋ ਜਾਂਦਾ ਹੈ, ਕਿਉਂਕਿ ਇਸ ਦੇ ਵਿੱਚ ਕੈਲੋਰੀ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ ਅਤੇ ਟਮਾਟਰ ਦੇ ਸੂਪ ਦੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਨੇ, ਜੋ ਕਿ ਸਿਹਤ ਦੇ ਲਈ ਲਾਭਕਾਰੀ ਹੁੰਦੇ ਨੇ। ਇਸ ਦੇ ਵਿੱਚ ਵਿਟਾਮਿਨ ਏ, ਈ, ਸੀ, ਕੇ ਅਤੇ ਐਂਟੀ ਆਕਸੀਡੈਂਟ ਹੁੰਦੇ ਨੇ, ਜੋ ਤੁਹਾਨੂੰ ਹੈਲਦੀ ਅਤੇ ਫਿੱਟ ਰੱਖਦੇ ਨੇ। ਇਸ ਨੂੰ ਤੁਸੀਂ ਲੰਚ ਦੇ ਵਿੱਚ ਵੀ ਲੈ ਸਕਦੇ ਹੋ ਅਤੇ ਡਿਨਰ ਪਾਰਟੀ ਦਾ ਸਟਾਰਟਰ ਵੀ ਬਣ ਸਕਦੇ ਨੇ। ਪਾਲਕ ਦਾ ਸੂਪ। ਆਇਰਨ ਦੇ ਨਾਲ ਭਰਪੂਰ ਪਾਲਕ ਦੇ ਵਿੱਚ ਮਿਨਰਲਸ, ਵਿਟਾਮਿਨ ਅਤੇ ਦੂਜੇ ਕਈ ਹੋਰ ਤੱਤ ਵੀ ਪਾਏ ਜਾਂਦੇ ਨੇ, ਜੋ ਕਿ ਸਿਹਤ ਦੇ ਲਈ ਬੇਹੱਦ ਫਾਇਦੇਮੰਦ ਹੁੰਦੇ ਨੇ। ਸਰਦੀਆਂ ਦੇ ਵਿੱਚ ਤੁਸੀਂ ਪਾਲਕ ਦੀ ਤਰੀ ਵੀ ਪੀ ਸਕਦੇ ਹੋ। ਪਾਲਕ ਦੇ ਵਿੱਚ ਵਿਟਾਮਿਨ ਏ, ਸੀ, ਈ, ਕੇ ਅਤੇ ਬੀ ਕੰਪਲੈਕਸ ਚੰਗੀ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੇ ਵਿੱਚ ਮੈਂਗਨੀਜ਼, ਕੈਰੋਟਿਨ, ਆਇਰਨ, ਆਇਓਡੀਨ, ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਸੋਡੀਅਮ, ਫਾਸਫੋਰਸ ਅਤੇ ਹੋਰ ਜ਼ਰੂਰੀ ਐਮੀਨੋ ਐਸਿਡਸ ਪਾਏ ਜਾਂਦੇ ਨੇ, ਜਿਸ ਦੇ ਨਾਲ ਤੁਹਾਡੀ ਸਕਿਨ ਅਤੇ ਵਾਲ ਸਿਹਤਮੰਦ ਰਹਿੰਦੇ ਨੇ। ਮਸ਼ਰੂਮ ਸੂਪ। ਮਸ਼ਰੂਮ ਸਿਰਫ ਖਾਣ ਦੇ ਵਿੱਚ ਸਵਾਦ ਨਹੀਂ ਹੁੰਦਾ, ਸਗੋਂ ਇਹ ਸਿਹਤ ਦੇ ਲਈ ਵੀ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਸਰਦੀ ਦੇ ਮੌਸਮ ਦੇ ਵਿੱਚ ਇਸਦਾ ਗਰਮ ਗਰਮ ਸੂਪ ਪੀਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ, ਕਿਉਂਕਿ ਇਹ ਸੂਪ ਪੀਣ ਦੇ ਵਿੱਚ ਜਿੰਨਾ ਟੇਸਟੀ ਹੁੰਦਾ ਹੈ, ਉਨਾ ਹੀ ਸਿਹਤ ਦੇ ਲਈ ਗੁਣਕਾਰੀ ਵੀ, ਕਿਉਂਕਿ ਇਸ ਦੇ ਵਿੱਚ ਪ੍ਰੋਟੀਨ ਅਤੇ ਫਾਈਬਰ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਨੇ, ਜੋ ਕਿ ਸਿਹਤ ਨੂੰ ਫਿੱਟ ਰੱਖਦੇ ਨੇ। ਹਰੇ ਮਟਰਾਂ ਦਾ ਸੂਪ। ਸਰਦੀਆਂ ਦੇ ਵਿੱਚ ਮਟਰ ਸੂਪ ਦਾ ਸੇਵਨ ਕਰਨਾ ਸਿਹਤ ਦੇ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਫਾਈਬਰ ਨਾਲ ਭਰਪੂਰ ਮਟਰ ਸੂਪ ਪੀਣ ਦੇ ਨਾਲ ਭਾਰ ਘਟਾਉਣ ਦੇ ਵਿੱਚ ਮਦਦ ਮਿਲਦੀ ਹੈ ਅਤੇ ਮਟਰ ਦੇ ਸੂਪ ਦੇ ਵਿੱਚ ਪੋਟਾਸ਼ੀਅਮ ਬੰਦ ਨਸਾਂ ਨੂੰ ਖੋਲ੍ਹ ਕੇ ਬਲੱਡ ਸਰਕੂਲੇਸ਼ਨ ਬਣਾਏ ਰੱਖਣ ਦੇ ਵਿੱਚ ਮਦਦ ਕਰਦਾ ਹੈ। ਸਵੀਟ ਕੋਰਨ ਸੂਪ। ਜਿਨ੍ਹਾਂ ਲੋਕਾਂ ਨੂੰ ਅਸਥਮਾ ਜਾਂ ਫਿਰ ਲੰਗਸ ਦੇ ਨਾਲ ਸੰਬੰਧਿਤ ਕੋਈ ਸਮੱਸਿਆ ਹੈ, ਤਾਂ ਉਹਨਾਂ ਦੇ ਲਈ ਇਹ ਸੂਪ ਬੇਹੱਦ ਗੁਣਕਾਰੀ ਹੈ। ਰੋਜ਼ਾਨਾ ਇੱਕ ਕੱਪ ਸਵੀਟ ਕੋਰਨ ਸੂਪ ਪੀਣ ਦੇ ਨਾਲ ਅਸਥਮਾ ਘੱਟ ਕੀਤਾ ਜਾ ਸਕਦਾ ਹੈ। ਪੌਸ਼ਟਿਕ ਅਤੇ ਐਂਟੀ ਆਕਸੀਡੈਂਟ ਤੱਤਾਂ ਦੇ ਨਾਲ ਭਰਪੂਰ ਇਹ ਸੂਪ ਸਰਦੀਆਂ ਦੇ ਵਿੱਚ ਹੋਣ ਵਾਲੇ ਹਾਰਟ ਆਰਟਰੀਜ਼ ਦੀ ਬਲੋਕੇਜ ਨੂੰ ਖੋਲ੍ਹ ਦਿੰਦਾ ਅਤੇ ਹਾਈਪਰਟੈਂਸ਼ਨ ਨੂੰ ਘੱਟ ਕਰਕੇ ਹਾਰਟ ਅਟੈਕ ਦੇ ਖਤਰੇ ਨੂੰ 10% ਤੱਕ ਘੱਟ ਕਰਦਾ। ਇਸ ਤੋਂ ਇਲਾਵਾ ਇਸ ਦੇ ਵਿੱਚ ਮੌਜੂਦ ਬੀਟਾ ਕੈਰੋਟੀਨ ਸਰਦੀਆਂ ਦੇ ਵਿੱਚ ਹੋਣ ਵਾਲੇ ਸਮੋਗ ਅਤੇ ਪ੍ਰਦੂਸ਼ਣ ਤੋਂ ਅੱਖਾਂ ਦੀ ਸੁਰੱਖਿਆ ਕਰਦਾ। ਬਿਊਰੋ ਰਿਪੋਰਟ, ਡੇਲੀ ਹੈਲਥ।